ਸੈਂਟਰ ਆਏ ਸਰ ਕੀ ਕਿੱਥੇ ਹੋਇਆ ਜੀ ਹੋਇਆ ਜੀ ਹਾਂਜੀ ਕਿੰਨੇ ਸਰ ਬੱਚੇ ਇੱਥੇ ਹੈਗੇ ਜੀ ਸੈਂਟਰ ਆਏ ਹੋ ਸਰ ਕੀ ਇੱਥੇ ਹੋਇਆ ਜੀ ਇੱਥੇ ਸਾਨੂੰ ਮੂਵਮੈਂਟ ਮਿਲੀ ਸੀ ਹਾਂਜੀ ਇੱਥੇ ਵਾਈਡਰਸ ਦੀਆਂ ਕਲਾਸਾਂ ਲੱਗ ਰਹੀਆਂ ਤੁਹਾਨੂੰ ਤਾਂ ਨਿਕਲ ਗਿਆ ਇੱਥੇ ਆਇਆ ਹਾਂ ਇੱਥੇ ਆਣ ਕੇ ਦੇਖਿਆ ਵੀ ਕਲਾਸਾਂ ਲੱਗੀਆਂ ਸੀ ਪਾਰਟੀ ਬੰਦੀ ਬਾਰੇ ਕੀਤੀ ਆ ਇਹ ਕਿੰਨੇ ਕੁ ਸਰ ਬੱਚੇ ਇੱਥੇ ਹੈਗੇ ਜੀ ਰੇਡ ਕੀਤੀ ਅੱਜ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਨਾ ਕਾਨੂੰਨ ਦੇ ਦਰੇ ਦੇ ਅਕੋਰਡਿੰਗ ਹੀ ਕਲਾਸਿਸ ਲਗਾ ਰਹੇ ਹਾਂ ਪਰ ਅੱਜ ਐਮਰਜੈਂਸੀ ਦੇ ਵਿੱਚ ਹੀ ਬੱਚੇ ਵੱਧ ਗਏ ਅਤੇ ਸਾਨੂੰ ਵੀ ਅਹਿਸਾਸ ਨਹੀਂ ਰਿਹਾ ਕਿ ਹੋ ਜਾਣੀ ਚਾਹੀਦੀ ਸੀ ਧਿਆਨ ਰੱਖਣਾ ਚਾਹੀਦਾ ਸੀ ਬੱਚੇ ਵੈਸੇ ਅਸੀਂ ਔਨਲਾਈਨ ਕਲਾਸਾਂ ਹੀ ਲਗਾ ਰਹੇ ਹਾਂ ਸਾਡੇ ਔਨਲਾਈਨ ਹੀ ਸਿਸਟਮ ਚੱਲ ਰਿਹਾ ਜਿਹੜੀ ਪੁਲਿਸ ਕਹਿ ਰਹੀ ਹੈ ਅਤੇ 25 ਬੰਦੇ 25 ਮੁੰਡੇ ਹੈਗੇ ਤੁਸੀਂ ਕਿੱਦਾਂ ਕਰ ਸਕਦੇ ਬੱਚੇ ਹੈਗੇ ਸੀਗੇ ਪਰ ਜਿਹੜੇ ਹੈ ਅਸੀਂ ਔਨਲਾਈਨ ਕਲਾਸਿਸ ਵਾਸਤੇ ਬੱਚੇ ਬੁਲਾਉਣੇ ਆ ਜਦੋਂ ਔਨਲਾਈਨ ਵਾਸਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਫਿਰ ਉਹ ਚਲੇ ਜਾਂਦੇ ਆ ਕਿੰਨੇ ਵਜੇ ਟਾਈਮ ਹੋ ਤਾਂ ਸਵੇਰ ਦੇ ਅਤੇ ਕਿੰਨੇ ਵਜੇ ਤੱਕ ਬੁਲਾਉਂਦੇ ਬੱਚਿਆਂ ਨੂੰ ਸਵੇਰੇ ਅਸੀਂ ਬੱਚਿਆਂ ਨੂੰ ਅਲੱਗ ਅਲੱਗ ਸ਼ਡਿਊਲ ਦੇ ਵਿੱਚ ਬੁਲਾਉਂਦੇ ਹਾਂ ਇਕੱਠੇ ਨਹੀਂ ਕਰਦੇ ਬੱਚੇ ਅਤੇ ਜਿਹੜੀ ਹੁਣ ਇਹਨਾਂ ਨੇ ਰੇਡ ਕੀਤੀ ਹੈ ਤੁਹਾਡੇ ਅੰਦਰ 25 ਬੰਦੇ ਨਿਕਲੇ ਉਹਦੇ ਬਾਰੇ ਕੀ ਗੱਲ ਚਾਹੁੰਦੇ ਆ ਬੱਚੇ ਥੋੜ੍ਹੇ ਸੀਗੇ ਸਰ ਤੁਸੀਂ ਮੰਨਦੇ ਹੋ ਨਾ ਵੀ ਇਹ ਬੱਚੇ ਇਹ ਸੈਂਟਰ ਚਲਾ ਰਹੇ ਤੁਸੀਂ ਕਾਨੂੰਨ ਦੇ ਅਕੋਰਡਿੰਗ ਇਹ ਚੀਜ਼ ਹੋਣੀ ਕਾਨੂੰਨ ਨੇ ਤਾਂ ਇਹ ਕਿਹਾ ਵਾ ਵੀ ਆਈਲੈਟਸ ਐਂਡ ਸਾਰੇ ਬੰਦ ਰਹਿਣਗੇ ਤੁਸੀਂ ਕਿੱਦਾਂ ਖੋਲਿਆ ਅਸੀਂ ਇਮੀਗ੍ਰੇਸ਼ਨ ਦੇ ਬੇਸ 'ਤੇ ਖੋਲਿਆ ਇਮੀਗ੍ਰੇਸ਼ਨ ਖੋਲਿਆ ਇਮੀਗ੍ਰੇਸ਼ਨ ਦੇ ਬੇਸ 'ਤੇ ਅਤੇ ਜਿਹੜੇ ਬੱਚੇ 25 ਨਿਕਲੇ ਉਹ ਔਨਲਾਈਨ ਕਲਾਸਿਸ ਬਾਰੇ ਕਹਿ ਰਹੇ ਸੀ ਨਾ ਔਨਲਾਈਨ ਕਲਾਸ ਠੀਕ ਕਿਹੜੇ ਮਾਲਕ ਕਿਹੜੇ ਇੱਥੋਂ ਦੇ ਦਿਲਬਾਗ ਸਿੰਘ ਸੰਧੂ ਤੁਹਾਡਾ ਕੀ ਨਾਮ ਆ ਸੁਖਦੀਪ ਤੁਸੀਂ ਕੀ ਲੱਗੇ ਹੋ ਮੈਨੂੰ ਮੰਨ ਲਿਆ